जी दोस्तों, तुहाडा सारा दा स्वागत है अज दे प्रोग्राम वेबगौर दे विच। ते अज असी एक अजिहे शख्स नाल मुलाकात करवाउण जा रहे हां जो कि इस वक्त मुलाजम किसी विभाग दे विच सेवावां भी निभा रहे ने, ते ओदे नाल नाल शायरी दा कवितावां दा शौक भी पालदे ने। लफ्ज़ां दे विच की बयान करां, मैं शायर तो नहीं सीरीज दे विच असी तुहानू मिलाउण जा रहे हां सुखविंदर राज जी दे नाल। उहनां दे नाल मिलाउण तों पहलां तुहानू इह जरूर दस दईए कि अज असी तुहानू गजलां भी सुनावांगे, गजलां दे नाल नाल शायरी भी सुनावांगे। सत श्री अकाल जी। सत श्री अकाल इंतियाज जी। जी सुखविंदर राज जी, होर किदां चल रही है जी कहानी अपनी अज दी? ठीक ठाक जी, बहुत वधिया, तुसीं सुनाओ। जी बहुत वधिया। ते असी गलबात तुहाडे नाल खास तौर ते करन इस करके जा रहे सी क्योंकि सानू पता लगा है कि तुसीं सरकारी मुलाजमत दे नाल नाल शायरी दा और कवितावां दा शौक भी रखदे हो। जी बिल्कुल जी। ते सानू ए भी पता लगा है कि तुहाडी एक बुक भी मंजरे आम ते पहुंच चुकी है, ते सानू अपनी बुक दे बारे विच कुछ दसो सुखविंदर जी। हां जी, मेरी एक जिहड़ी पहली बुक सीगी ओह असीं इक किताब कीती सी, तिन पोइट सीगे ओहदे विच जी। ओह 2013 दे विच आई सी, साहिब दी पब्लिकेशन द्वारा प्रकाशित कीती गई सी। बुक दा नाम सी मंजिल। जी मंजिल। हां, ओहदे विच साडीआं तिन कवियां दीआं हैगीआं सीगीआं रचनावां। ਹਾਂਜੀ। ਉਸ ਤੋਂ ਬਾਅਦ ਜਿਹੜੀ ਮੇਰੀ ਦੂਸਰੀ ਕਿਤਾਬ ਆ ਉਹ ਮੇਰੀ ਸਿਰਫ ਇਕੱਲੇ ਦੀ ਹੋਈ ਆ, ਉਹ ਤਿਆਰ ਪਈ ਆ, ਲਗਭਗ ਥੋੜੇ ਦਿਨਾਂ ਤੱਕ ਰੂਬਰੂ ਕਰਾਂਗੇ। ਚਲੋ, ਅਸੀਂ ਤੁਹਾਡੇ ਵਾਸਤੇ ਦੁਆਵਾਂ ਕਰਦੇ ਹਾਂ ਕਿ ਪਰਮਾਤਮਾ ਕਰੇ ਕਿ ਉਹ ਵੀ ਤੁਹਾਡੀ ਬੁੱਕ ਜਲਦੀ ਤੋਂ ਜਲਦੀ ਮੰਜ਼ਿਲ ਆਮ ਤੇ ਪਹੁੰਚ ਜਾਵੇ। ਤਾਂ ਤੁਹਾਡੀ ਜੋ ਬੁੱਕ ਸੀ ਮੰਜ਼ਿਲ, ਮੰਜ਼ਿਲ ਬੁੱਕ ਦੇ ਵਿੱਚ, ਅੱਛਾ ਇਸ ਚੀਜ਼ ਦੇ ਵਿੱਚ ਤੁਸੀਂ ਖਾਸ ਤੌਰ ਤੇ ਕਿਸ ਤਰ੍ਹਾਂ ਦੇ ਤਜਰਬੇ ਕੀਤੇ? ਮੰਜ਼ਿਲ ਬੁੱਕ ਦੇ ਵਿੱਚ ਠੀਕ ਸੀਗਾ ਕਿਉਂਕਿ ਸਾਡੀ ਪਹਿਲੀ ਕਿਤਾਬ ਸੀ ਜੀ, ਤੇ ਉਸ ਟਾਈਮ ਉਹ ਬਹੁਤ ਸਾਲ ਹੋ ਗਏ ਹੁਣ, ਕਿਉਂਕਿ ਉਸ ਟਾਈਮ ਬਚਪਨਾ ਸੀਗਾ, ਬਚਪਨੇ ਦੇ ਤੌਰ ਤੇ ਹੀ ਉਹ ਕਰ ਲਈ ਸੀਗੀ ਬੁੱਕ, ਕਿਉਂਕਿ ਹਰੇਕ ਰਾਈਟਰ ਨੂੰ ਏਦਾਂ ਹੁੰਦਾ ਕਿ ਮੇਰਾ ਹਰ ਕੁਛ ਛੁਪੇ ਜਾਂ ਮੇਰਾ ਕੁਛ ਪਬਲਿਸ਼ ਹੋਵੇ, ਮੇਰਾ ਕੁਛ ਲੋਕਾਂ ਦੇ ਸਾਹਮਣੇ ਆਵੇ। ਉਹ ਇਸ ਗੱਲ ਨੂੰ ਸੋਚਦੇ ਹੋਏ ਉਹ ਇੱਕ ਮੁਕਾਮ ਉਹਨੂੰ ਮਿਲਿਆ ਸੀ, ਇੱਕ ਮੌਕਾ ਮਿਲਿਆ ਸੀ, ਉਹ ਆਪਾਂ ਕਿਤਾਬ ਕਰ ਲਈ ਸੀ ਜੀ। ਜੀ, ਤੇ ਵੈਸੇ ਠੀਕ ਰਿਹਾ, ਉਹ ਕਾਫੀ ਵਧੀਆ ਰਿਸਪੋਂਸ ਸੀ ਉਸ ਕਿਤਾਬ ਦਾ ਵੀ। ਜੀ ਬਹੁਤ ਵਧੀਆ। ਅੱਛਾ, ਤੁਹਾਡੀ ਜੋ ਬੁੱਕ ਸੀ ਮੰਜ਼ਿਲ, ਉਹਨਾਂ ਦੇ ਵਿੱਚੋਂ ਕੁਛ ਖਾਸ ਚੁਣਿੰਦਾ ਅਸ਼ਾਰ ਦੇ ਵਿੱਚੋਂ ਜਾਂ ਕਵਿਤਾਵਾਂ ਦੇ ਵਿੱਚੋਂ ਤਾਂ ਕੋਈ ਇੱਕ ਸਾਡੇ ਸਰੋਤਿਆਂ ਨੂੰ ਵੀ ਅੱਜ ਸੁਣਾਓ, ਸਾਡੇ ਸਰੋਤੇ ਵੀ ਤੁਹਾਨੂੰ ਜ਼ਰੂਰ ਸੁਣਨਾ ਚਾਹਣਗੇ ਤੁਹਾਨੂੰ, ਤੁਹਾਡੀ ਕਲਮ ਨੂੰ। ਹਾਂਜੀ ਬਿਲਕੁਲ, ਮੈਂ ਉਹਦੇ ਵਿੱਚੋਂ ਤੁਹਾਨੂੰ ਇੱਕ ਉਹਦੇ ਵਿੱਚ ਸ਼ੇਅਰ ਸੀਗਾ। ਹਾਂਜੀ, ਉਹ ਮੈਂ ਤੁਹਾਨੂੰ ਸੁਣਾਵਾਂਗਾ। ਜੀ ਜੀ ਜ਼ਰੂਰ ਇਰਸ਼ਾਦ। ਉਹ ਸੀ, ਮੈਂ ਨਹੀਂ ਰੁੱਸਣਾ ਭਾਬੀਆਂ ਨਾਲੇ ਵੀਰ ਤੋਂ। ਜੀ, ਮੈਂ ਨਹੀਂ ਰੁੱਸਣਾ ਭਾਬੀਆਂ ਨਾਲੇ ਵੀਰ ਤੋਂ, ਮੈਨੂੰ ਤਖ਼ਤ ਹਜ਼ਾਰਾਂ ਵੱਧ ਪਿਆਰਾ ਹੀਰ ਤੋਂ, ਮਾਂ ਨੂੰ ਮੈਨੂੰ ਰੋਕਣ ਦੀ ਕਦੇ ਲੋੜ ਨਾ ਪਈ, ਮੈਂ ਆਪ ਅੰਦਾਜ਼ਾ ਲਾਇਆ ਉਹਦੇ ਨੀਰ ਤੋਂ, ਸਾਹਿਬਾਂ ਦਾ ਹੀ ਮਨ ਜੇ ਲੋਕੋ ਡੋਲ ਗਿਆ, ਕੀ ਭਰੋਸਾ ਕਰ ਲਾਂਗੇ ਅਸੀਂ ਤੀਰ ਤੋਂ, ਕਿ ਵਿੱਚ ਹੰਕਾਰ ਦੇ ਜੱਗ ਤੋਂ ਬਾਜੀ ਹੋ ਜਾਂਦਾ। ਇਹ ਮਿਰਜ਼ੇ ਨੂੰ ਸੋਚ ਕੇ ਲਿਖੀ ਸੀ ਇਹ ਲਾਈਨ, ਮੈਨੂੰ ਕਹੀ ਦਾ ਜੀ ਜੀ ਜੀ। ਜੇ ਵਿੱਚ ਹੰਕਾਰ ਦੇ ਜੱਗ ਤੋਂ ਬਾਜੀ ਹੋ ਜਾਂਦਾ, ਉਹਨੂੰ ਮਿਲਦੇ ਤਨ ਜਿੰਨੀ ਹੋਈ ਲੀਰ ਤੋਂ, ਜੋ ਹੋਇਆ ਸੁਖਵਿੰਦਰ ਹੋ ਕੇ ਰਹਿਣਾ ਹੀ ਸੀ, ਜੋ ਹੋਇਆ ਸੁਖਵਿੰਦਰ ਹੋ ਕੇ ਰਹਿਣਾ ਹੀ ਸੀ, ਕਿੰਜ ਫੇਰਦੇ ਮੁੱਖ ਆਪਣੀ ਤਕਦੀਰ ਤੋਂ। ਵਾਹ ਜੀ ਵਾਹ, ਕਿੰਜ ਮੋੜਦੇ ਮੁੱਖ ਆਪਣੀ ਤਕਦੀਰ ਤੋਂ, ਕਿਆ ਬਾਤ ਹੈ। ਬਹੁਤ ਸੋਹਣੀਆਂ ਅਲਫਾਜ਼ਾਂ ਨਾਲ ਤੁਸੀਂ ਸਜਾਈਏ ਆਪਣੀ ਕਵਿਤਾਵਾਂ ਨੂੰ। ਤਾਂ ਦੋਸਤੋ, ਸੁਖਵਿੰਦਰ ਜੀ ਦੇ ਨਾਲ ਗੱਲਾਂ ਦਾ ਕਾਫਲਾ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਤਦ ਤੱਕ ਆਓ ਸੁਣਦੇ ਹਾਂ ਇੱਕ ਗਜ਼ਲ।
अपने रेडियो चैनल 100.2 मेगाहर्ट्ज़ आकाशवाणी पटियाला ते तुसीं जुड़े होए हो आरजे इम्तियाज़ दे नाल प्रोग्राम विबगौर दे विच। ते अज असीं मुखातिब होए हां इक खास मुलाकात विच मशहूर शायर सुखविंदर राजी दे नाल। अच्छा सुखविंदर जी, ए तुसी जो लिखदे हो खास तौर ते हुण चीज दे विच मैनूं कुछ विरासती ते कुछ इतिहासक तत्तां दा मैनूं लगदा कि तुसी इस्तेमाल ज्यादातर कीता, ते ज्यादातर तुसी इस तरह दा ही लिखदे हो कि कुछ लीक तो हटके भी लिखदे हो? नहीं, हर तरह दा ही लिख लैंदा। असल दे विच ना जो लेखक हुंदा ओह एहसास दे तौर ते लिखदा हुंदा, जिहड़ा कुछ ओह महसूस करदा। दुनिया दे विच जो भी कुछ हुंदा ओह इक शायर नूं शायर ओह महसूस करदा। जे ओह खुशी दी गल आ तां ओहनूं हासा भी आऊगा, जे ओह दुख दी गल आ तां ओह इमोशनल भी होऊगा, ओहनूं अत्थरू भी आउणगे, रोऊगा भी ओह। तां जिहड़ी चीज दिल नूं टच करदी आ तां अपने आप आप मुहारी शब्द निकलदे ने। ਤਾਂ ਜਿਹੜੀ ਵੀ ਮਤਲਬ ਲਿਖੀ ਜਾਂਦੀ ਆ ਤਾਂ ਉਹ ਸ਼ਬਦਾਂ ਦੇ ਵਿੱਚ ਪ੍ਰਯੋਗ ਲਿਆ ਜੋ ਕਿ ਆਪਾਂ ਨੂੰ ਚੰਗੀ ਲੱਗਦੀ ਹੈ। ਜੀ ਬਿਲਕੁਲ, ਮੈਂ ਇਸ ਤੁਹਾਡੀ ਗੱਲ ਤੋਂ ਬਿਲਕੁਲ ਮਤਲਬ ਐਗਰੀ ਕਰਦਾ, ਕਿਉਂਕਿ ਜੋ ਸ਼ਾਇਰ ਹੁੰਦਾ ਇੱਕ ਆਰਟਿਸਟਿਕ ਦਿਮਾਗ ਵਾਲਾ, ਇੱਕ ਆਰਟਿਸਟਿਕ ਦਿਲ ਵਾਲਾ ਉਹ ਇਨਸਾਨ ਜੋ ਕਿ ਆਪਣੇ ਆਸ ਪਾਸ ਹੋਣ ਵਾਲੀਆਂ ਚੀਜ਼ਾਂ ਨੂੰ ਇੱਕ ਆਮ ਇਨਸਾਨ ਦੇ ਨਜ਼ਰੀਏ ਤੋਂ ਨਹੀਂ ਦੇਖਦਾ, ਉਸ ਹਰੇਕ ਚੀਜ਼ ਨੂੰ ਭਾਵਨਾਤਮਕ ਤਰੀਕੇ ਨਾਲ, ਹਰੇਕ ਚੀਜ਼ ਦੇ ਕਿਰਦਾਰ ਨੂੰ ਬਹੁਤ ਹੀ ਬਰੀਕੀ ਦੇ ਨਾਲ ਸੋਚਣ ਵਾਲਾ, ਪਰਖਣ ਵਾਲਾ ਤੇ ਉਸ ਚੀਜ਼ ਦੀ ਅਸਲੀਅਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲਾ ਇਨਸਾਨ ਹੁੰਦਾ। ਤੇ ਅੱਛਾ ਸੁਖਵਿੰਦਰ ਜੀ, ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਤੁਹਾਡਾ ਇਹ ਜੋ ਸਫ਼ਰ ਹੈ ਇਹਦੇ ਵਿੱਚ ਕਵਿਤਾਵਾਂ ਤੇ ਕਵਿਤਾਵਾਂ ਦੇ ਨਾਲ ਨਾਲ ਤੁਸੀਂ ਕੁਛ ਹੋਰ ਵੀ ਐਕਟੀਵਿਟੀਜ਼ ਕਰ ਰਹੇ ਹੋ ਇਹਦੇ ਨਾਲ ਨਾਲ, ਕੁਛ ਸਿੰਗਿੰਗ ਵਗੈਰਾ? ਗੀਤ ਵੀ ਲਿਖਣਾ, ਬਹੁਤ ਸਾਰੇ ਮੈਂ ਗੀਤ ਲਿਖੇ ਹੋਏ ਨੇ ਜੀ। ਇੱਕ 2011 ਦੇ ਵਿੱਚ ਇੱਕ ਧਾਰਮਿਕ ਐਲਬਮ ਆਈ ਸੀ ਮਾਤਾ ਨੂੰ, ਉਹਦੇ ਵਿੱਚ ਇੱਕ ਐਲਬਮ ਆਈ ਸੀ ਅਰਦਾਸਾ 2011 ਦੇ ਵਿੱਚ, ਅਮਰਤ ਬਰਾੜ ਤੇ ਨੀਤੂ ਭੱਲਾ ਦੀ ਆਵਾਜ਼ ਦੇ ਵਿੱਚ ਸੀਗੀ ਉਹ ਐਲਬਮ। ਉਹਦੇ ਵਿੱਚ ਮੇਰਾ ਇੱਕ ਗੀਤ ਰਿਕਾਰਡ ਹੋਇਆ ਸੀ, ਉਹਦਾ ਗੀਤ ਦਾ ਨਾਮ ਸੀਗਾ ਜੈ ਮਾਤਾ ਦੀ ਕਰਦੀਗਾ, ਉਹ ਮੇਰਾ ਇੱਕ ਗੀਤ ਰਿਕਾਰਡ ਹੋਇਆ ਸੀ। ਇੱਕ ਹੋਰ ਗੀਤ ਜੋ ਅਸੀਂ ਹੁਣ ਕਰ ਰਹੇ ਹਾਂ ਮੰਜ਼ਿਲ ਦੇ ਵਿੱਚੋਂ ਕੁਝ ਖਾਸ ਇਸ ਤਰ੍ਹਾਂ ਦੀ ਚੀਜ਼ ਜੋ ਤੁਹਾਡੇ ਖੁਦ ਆਪਣੇ ਦਿਲ ਦੇ ਕਰੀਬ ਹੋਵੇ, ਕੁਛ ਅਗਰ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ। ਵੈਸੇ ਤਾਂ ਜੋ ਵੀ ਉਹਦੇ ਵਿੱਚ ਮੰਜ਼ਿਲ ਕਿਤਾਬ ਦੇ ਵਿੱਚ ਛਪਿਆ ਸੀਗਾ ਜੀ, ਉਹ ਸਾਰਾ ਹੀ ਮਤਲਬ ਜਿਹੜਾ ਕੁਛ ਰਾਈਟਰ ਲਿਖਦਾ ਉਹ ਸਾਰਾ ਦਿਲ ਦੇ ਕਰੀਬ ਹੀ ਹੁੰਦਾ। ਤੇ ਫੇਰ ਵੀ ਮੈਂ ਕੁਛ ਤੁਹਾਨੂੰ ਹੋਰ ਇੱਕ ਦੋ ਲਾਈਨਾਂ ਹਾਂਜੀ ਸੁਣਾ ਦਿੰਦਾ ਜੀ। ਬਿਲਕੁਲ, ਉਹਦੇ ਵਿੱਚ ਮੈਂ ਇੱਕ ਹੋਰ ਲਿਖਿਆ ਸੀਗਾ ਹਾਂਜੀ, ਹਾਂ ਉਹ ਸੀਗਾ ਜੀ ਦਿਲੋਂ ਉਹਨੂੰ ਮੈਂ ਚਾਹੁੰਦਾ ਹਾਂ ਜੀ, ਮਹਿਸੂਸ ਕਰੇ ਉਹ ਤੜਪ ਮੇਰੀ, ਅਹਿਸਾਸ ਤਾਂ ਹੋਵੇ ਤਾਂ ਵੀ ਜੀ ਪਰ ਪਿਆਰ ਵੀ ਮੇਰਾ ਝੂਠਾ ਹੈ, ਜੋ ਪਲ ਪਲ ਮੈਨੂੰ ਦੇਣ ਦਿਲਾਸੇ ਸੱਚ ਖਦੇਤਾ ਜਿੱਤਦੀਗਾ, ਆਖਰ ਨੂੰ ਮੈਂ ਸਮਝਾਂਗਾ ਹਰ ਯਾਰ ਵੀ ਮੇਰਾ ਝੂਠਾ ਹੈ, ਜੇ ਇਸ਼ਕ ਹੈ ਕੋਈ ਇਬਾਦਤ ਯਾਰ ਤੇ ਰੱਬ ਯਾਰ ਨੂੰ ਕਹਿੰਦੇ ਨੇ, ਤਾਂ ਉਸ ਰੱਬ ਲਈ ਜੋ ਮੈਂ ਕੀਤਾ ਸਤਿਕਾਰ ਵੀ ਮੇਰਾ ਝੂਠਾ ਹੈ, ਮੈਂ ਖੜੇ ਝੋਲੀ ਪਾ ਪਾ ਕੇ ਉਹਦੇ ਬੁੱਲਾਂ ਨੂੰ ਮੁਸਕਾਨ ਦਿੱਤੀ, ਹਾਸਿਆਂ ਦੇ ਸੌਦਾਗਰ ਕਹਿੰਦੇ ਨੇ ਇਜ਼ਹਾਰ ਵੀ ਮੇਰਾ ਝੂਠਾ ਹੈ, ਉਹਦੀ ਝੰਡ ਵੀ ਹੈ ਸੱਚ ਯਾਰ, ਉਹਦੇ ਝੁਮਕੇ ਵੀ ਸਭ ਸੱਚੇ ਨੇ, ਜੋ ਗਲਤ ਹੈ ਸੁਖਵਿੰਦਰ ਹੈ ਹੰਝੂ ਹਾਰ ਵੀ ਮੇਰਾ ਝੂਠਾ ਹੈ। ਵਾਹ ਜੀ ਵਾਹ, ਬਹੁਤ ਸੋਹਣਾ ਲਿਖਿਆ ਜੀ ਤੁਸੀਂ। ਅੱਛਾ ਇਸ ਤਰ੍ਹਾਂ ਦੀ ਜੋ ਤਰਜ਼ ਹੈ, ਅਗਰ ਇਸ ਚੀਜ਼ ਨੂੰ ਤਰਜ਼ ਨੂੰ ਉਹਦੇ ਨਾਲ ਨਾਲ ਚਲਦੇ ਚਲਦੇ ਕੁਛ ਹੋਰ ਤਰ੍ਹਾਂ ਦੇ ਫਲੇਵਰ ਜੇ ਹੈਗੇ ਨੇ ਉਹ ਅਗਰ ਤੁਸੀਂ ਸਾਨੂੰ ਸੁਣਾਓ। ਹਾਂ ਹੋਰ ਵੀ ਨੇ, ਜਿਸ ਤਰ੍ਹਾਂ ਇਹ ਥੋੜਾ ਮਤਲਬ ਰੋਮਾਂਟਿਕ ਟੱਚ ਸੀਗਾ ਨਾ। ਹਾਂਜੀ ਹਾਂਜੀ, ਤੇ ਇਸ ਤੋਂ ਇਲਾਵਾ ਹੋਰ ਵੀ ਇਹਦੇ ਵਿੱਚ ਹੈਗੀਆਂ ਸੀਗੀਆਂ ਕੁਛ ਕਵਿਤਾਵਾਂ ਜੀ, ਇਸ ਤੋਂ ਹਟ ਕੇ ਸੀਗੀਆਂ। ਜਰੂਰ ਸੁਣਾਈਏ ਜੀ, ਉਹ ਮੈਂ ਤੁਹਾਨੂੰ ਇੱਕ ਹੋਰ ਇਹਦੇ ਵਿੱਚ ਸੁਣਾ ਦਿੰਦਾ। ਹਾਂਜੀ, ਉਹ ਸੀਗਾ ਪਰਿਵਾਰ ਤੋਂ ਅਮੀਰ ਹੋ ਜਾਵੀ ਮੈਂ ਬਾਗੀ ਯਾਰ, ਏਦਾਂ ਬਣੇ ਰਿਸ਼ਤੇ ਮਜ਼ਾਕ ਹੋ ਜਾਂਦੇ ਨੇ, ਸਬਰ ਚ ਜਦੋਂ ਸੋਗ ਪਾਵੇ ਕੋਈ ਹਾਦਸਾ ਜੀ, ਆਸ਼ਕੀ ਦੇ ਮਹਿਲੇ ਉਹਦੇ ਖਾਕ ਹੋ ਜਾਂਦੇ ਨੇ। ਇਹਦੇ ਵਿੱਚ ਇੱਕ ਬਹੁਤ ਵਧੀਆ ਸ਼ੇਅਰ ਸੀਗਾ ਜਿਹੜਾ ਮੈਨੂੰ ਨਿੱਜੀ ਤੌਰ ਤੇ ਬਹੁਤ ਪਸੰਦ ਆ ਜੀ ਜੀ, ਉਹ ਸੀਗਾ ਕਿੰਨਾ ਨੇ ਸੀ ਪਾਣੀ ਤੇ ਕਿੰਨਾ ਨੇ ਮੁੱਲ ਮੱਤੇ ਨੇ, ਮੱਥੇ ਹੱਥ ਮਾਰੇ ਬਾਪੂ ਕਿਹੇ ਕੁੱਟ ਕੱਟੇ ਨੇ, ਕੰਮ ਚੋਰ ਰਹਿੰਦੇ ਜਿਹੜੇ ਹਜ਼ਾਰੇ ਵਿੱਚ ਝੰਗ ਸਿਆਲੀ ਜਾ ਕੇ ਚਾਕ ਹੋ ਜਾਂਦੇ ਨੇ, ਕੰਮ ਚੋਰ ਰਹਿੰਦੇ ਜਿਹੜੇ ਤਖ਼ਤ ਹਜ਼ਾਰੇ ਵਿੱਚ ਝੰਗ ਸਿਆਲੀ ਜਾ ਕੇ ਚਾਕ ਹੋ ਜਾਂਦੇ ਨੇ,
ਕਿਆ ਬਾਤ ਹੈ ਸਬਰ ਚ ਸੋਗ ਜਦੋਂ ਪਾਵੇ ਕੋਈ ਹਾਦਸਾ ਆਸ਼ਕੀ ਦੇ ਮਾਇਨੇ ਉਹਨੂੰ ਖਾਸ ਹੋ ਜਾਂਦੇ ਇਹਦਾ ਇੱਕ ਅਗਲਾ ਪਹਿਰਾ ਸੀਗਾ ਉਹ ਸੀਗਾ ਸਭ ਤੇਰੇ ਉੱਤੇ ਆਸਾ ਰੱਖੇ ਪਰਿਵਾਰ ਨੇ ਮਾਪਿਆਂ ਦੇ ਸੰਸਕਾਰ ਨਾਲ ਸਭਿਆਚਾਰ ਨੇ ਟੁੱਟਦੇ ਨੇ ਜਿਹੜੇ ਆਪਣੀਆਂ ਜੜਾਂ ਨਾਲ ਹਰੇ ਲਈ ਰਹਿੰਦੇ ਉਹ ਹਲਾਕ ਹੋ ਜਾਂਦੇ ਨੇ ਕਿਆ ਬਾਤ ਹੈ ਜੀ ਸਬਰ ਚ ਜਦੋਂ ਸੋਗ ਪਾਵੇ ਕੋਈ ਹਾਦਸਾ ਆਸ਼ਕੀ ਦੇ ਮਾਇਨੇ ਉਦੋਂ ਖਾਸ ਹੋ ਜਾਂਦੇ ਨੇ ਇਹਦਾ ਲਾਸਟ ਸੀਗਾ ਮਿਰਜ਼ਾ ਨਾਲ ਡਣ ਜਾ ਹੋਸ਼ ਨੂੰ ਸੰਭਾਲੋ ਅਲਫਾਜ਼ ਜਿਹੜਾ ਤੁਹਾਡਾ ਹੈਗਾ ਉਹ ਇੱਕ ਇੱਕ ਅਲਫਾਜ਼ ਦਾ ਇੱਕ ਆਪਣਾ ਇੱਕ ਖੁਦ ਦੇ ਵਿੱਚ ਇੱਕ ਮਾਇਨਾ ਇੱਕ ਬਹੁਤ ਡੂੰਘਾ ਮਾਇਨਾ ਨਿਕਲਦਾ ਤੇ ਅੱਛਾ ਇਹ ਤਾਂ ਹੋਈ ਸਾਡੀ ਪੰਜਾਬੀ ਕਵਿਤਾ ਦੀ ਗੱਲ ਸੈਮ ਮੈਨੂੰ ਕੁਛ ਇਹ ਵੀ ਪਤਾ ਲੱਗਾ ਸੀ ਕਿ ਤੁਸੀਂ ਹਿੰਦੀ ਦੇ ਵਿੱਚ ਵੀ ਕੁਛ ਨਾ ਕੁਛ ਲਿਖਦੇ ਰਹਿਣੇ ਹੋ ਨਾ ਉਹ ਅਗਰ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੋ ਜੋ ਤੁਸੀਂ ਲਿਖੇ ਆਪਣੇ ਅਲਫਾਜ਼ਾਂ ਨੂੰ ਮੈਂ ਹਿੰਦੀ ਦਾ ਤੁਹਾਨੂੰ ਇੱਕ ਮੈਂ ਸ਼ੇਅਰ ਸੁਣਾਉਣਾ ਜੀ ਹਾਂਜੀ ਹੈ ਦੁਸ਼ਮਣ ਕਿਆ ਹਰ ਸਨਮ ਘੁੱਟ ਕੇ ਦੇਖਾ ਹੈ ਦੁਸ਼ਮਣ ਕਿਆ ਹਰ ਸਨਮ ਘੁੱਟ ਕੇ ਦੇਖਾ ਹੈ ਕਹੀਂ ਜ਼ਿਆਦਾ ਤੋਂ ਕਹੀਂ ਕਮ ਘੁੱਟ ਕੇ ਦੇਖਾ ਹੈ ਮੈਨੇ ਸੁਣਾ ਥਾ ਹਵਾ ਜ਼ਰੂਰੀ ਹੈ ਸਾਸ ਲੈਣੇ ਕੇ ਲੀਏ ਮੈਨੇ ਸੁਣਾ ਥਾ ਹਵਾ ਜ਼ਰੂਰੀ ਹੈ ਸਾਸ ਲੈਣੇ ਕੇ ਲੀਏ ਮੈਨੇ ਹਵਾਓਂ ਕਾ ਵੀ ਦਮ ਘੁੱਟ ਕੇ ਦੇਖਾ ਹੈ ਖੁਸ਼ੀਓ ਕਾ ਜਨਾਜ਼ਾ ਉੱਠ ਜਾਣਾ ਮਾਮੂਲੀ ਬਾਤ ਥੀ ਇਸ ਦੌਰ ਮੇਂ ਤੋ ਗਮ ਘੁੱਟਤੇ ਦੇਖਾ ਹੈ ਕਿਆ ਬਾਤ ਹੈ ਜੀ ਕੈਸਾ ਦੌਰ ਹੈ ਯੇ ਕੌਨ ਸੀ ਸਦੀ ਹੈ ਯੇ ਜੀ ਬੁਢਾਪੇ ਕੇ ਕੰਧੋਂ ਪਰ ਨਯਾ ਜਨਮ ਘੁੱਟਤੇ ਦੇਖਾ ਹੈ ਵਾਹ ਜੀ ਵਾਹ ਹੈ ਦੁਸ਼ਮਣ ਕਿਆ ਹੈ ਸਨਮ ਘੁੱਟਤੇ ਦੇਖਾ ਹੈ ਕਹੀਂ ਜ਼ਿਆਦਾ ਤੋ ਕਹੀਂ ਕਮ ਘੁੱਟਤੇ ਦੇਖਾ ਹੈ ਵਾਹ ਜੀ ਵਾਹ ਬਹੁਤ ਸੋਹਣੀ ਕਲਮ ਬਖਸ਼ੀ ਹੈ ਰੱਬ ਨੇ ਤੁਹਾਨੂੰ ਤੇ ਉਮੀਦ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਇਸੇ ਤਰੀਕੇ ਨਾਲ ਹੋਰ ਵੀ ਤਰੱਕੀਆਂ ਨਾਲ ਨਵਾਜ਼ਦਾ ਰਹੇ ਤੇ ਸਾਨੂੰ ਆਉਣ ਵਾਲੇ ਵਕਤ ਦੇ ਵਿੱਚ ਤੁਹਾਨੂੰ ਹੋਰ ਅੱਛੇ ਤਰੀਕੇ ਨਾਲ ਹੋਰ ਬਿਹਤਰ ਤੋਂ ਬਿਹਤਰ ਜੋ ਤੁਸੀਂ ਆਪਣੀ ਕਲਮ ਨੂੰ ਬਲ ਬਖਸ਼ ਰਹੇ ਹੋ ਉਸ ਚੀਜ਼ ਦੇ ਵਿੱਚ ਤੁਹਾਨੂੰ ਤਰੱਕੀ ਹਮੇਸ਼ਾ ਮਿਲਦੀ ਰਹੇ ਤਾਂ ਦੋਸਤੋ ਇਹ ਸੀ ਮੁਲਾਕਾਤ ਸੁਖਵਿੰਦਰ ਰਾਜ ਜੀ ਦੇ ਨਾਲ ਤੇ ਅਸੀਂ ਅੱਜ ਇਹਨਾਂ ਦੇ ਨਾਲ ਪ੍ਰੋਗਰਾਮ ਵਿਬਕਿਓਰ ਦੇ ਵਿੱਚ ਤੁਹਾਨੂੰ ਸੁਣਾ ਰਹੇ ਸੀ ਮੈਂ ਸ਼ਾਇਰ ਤੋਂ ਨਹੀਂ ਤਾਂ ਅਸੀਂ ਆਕਾਸ਼ਵਾਣੀ ਪਟਿਆਲਾ ਦੀ ਤਰਫ ਤੋਂ ਸੁਖਵਿੰਦਰ ਰਾਜ ਜੀ ਦਾ ਸਾਡੇ ਪ੍ਰੋਗਰਾਮ ਤੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਵਕਤ ਦੇ ਵਿੱਚ ਸਾਨੂੰ ਸਮਾਂ ਦਿੱਤਾ ਤੇ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਰਾਜ ਜੀ ਸ਼ੁਕਰੀਆ ਇਮਤਿਆਜ਼ ਜੀ ਬਹੁਤ ਬਹੁਤ ਤੁਸੀਂ ਇੱਕ ਪਲੇਟਫਾਰਮ ਦਿੱਤਾ ਕਿ ਮੈਨੂੰ ਲੋਕਾਂ ਅੱਗੇ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ